हाँ जी, किवें हो सारे? आई होप के तुसी ठीक होवोंगे। सो मैं इत्थे खड़ा बजीज दे केज दे कोल। सो मैं तुहानू दिखाना, ते ओ जिहड़ी नीली वाली सी पिछली इधर वाली, उहने भी बच्चा कढ़ता सी इक इक अंडा जिहड़ा, ओह मैनूं लगदा खराब हो गया आ। सो मैं तुहानू दिखाउंदा सारयां नूं, ते उरे जिहड़े बच्चे आ ओह तीन, ओह भी ठीक आ जे, ओह भी मैं तुहानू दिखाउंदा। ते कबूतर सारे उपर खुले हो आ, मैं खोल के आया वा, हुणे थल्ले आया, ते ओह भी दिखाउंदे तुहानू। चलदे आ उपर, पहलां आह देख लैंदे आ। जिहड़ी आ फीमेल आ, इह तां बगैर अंडे तों ही बैठी आ, इदां ही बिना अंडे दे। इहनूं लगदा खरे अंडा हैगा, हैगा थल्ले, ओह देख सकदे हो तुसीं, इक बच्चा कढ़ता है। ਤੁਸੀਂ ਦੇਖ ਸਕਦੇ ਹੋ ਇੱਕ ਬੱਚਾ ਤੇ ਇੱਕ ਆਂਡਾ। ਉਹ ਆਂਡਾ ਇੱਕ ਜਿਹੜਾ ਹੈ ਉਹ ਖਰਾਬ ਹੋ ਚੁੱਕਾ ਹੈ, ਬਸ ਬੱਚਾ ਆ ਇੱਕ। ਉਹ ਆਂਡਾ ਆਪਾਂ ਕੱਢ ਕੇ ਸੁੱਟ ਦੇਣਾ ਹੈ ਬਾਅਦ 'ਚ। ਅਤੇ ਜਿਹੜਾ ਦੂਸਰੀ ਆ ਫੀਮੇਲ, ਉਹ ਵੀ ਮੈਂ ਦਿਖਾਉਂਦਾ ਤੁਹਾਨੂੰ। ਤੁਸੀਂ ਦੇਖ ਸਕਦੇ ਹੋ ਬੱਚੇ ਤਿੰਨੇ ਹੀ ਪਏ ਆ। ਅਤੇ ਇੱਦਾਂ ਤਾਂ ਤੁਹਾਨੂੰ ਪਤਾ ਹੀ ਆ, ਬਿਨਾਂ ਅੰਡਿਆਂ ਤੋਂ ਹੀ ਬੈਠੀ ਆ ਇਹ। ਇਹਦੀ ਆਪਾਂ ਘੜੇ ਸਫਾਈ ਕਰ ਦੇਣੀ ਆ, ਤੇ ਉਸ ਤੋਂ ਬਾਅਦ ਦੇਖਦੇ ਆ ਦਿੰਦੀ ਕਿ ਨਹੀਂ ਅੰਡੇ। ਉਹਨੂੰ ਅਜੇ ਆਹੀ ਭੁਲੇਖਾ ਹੈ ਕਿ ਅੰਡੇ, ਮੈਂ ਅੰਡੇ ਸੁੱਟਿਓ ਨਹੀਂ ਆਪਾਂ। ਚੱਲਦੇ ਆ ਉੱਪਰ, ਅਤੇ ਕਬੂਤਰ ਖੁੱਲ੍ਹੇ ਹੀ ਆ ਉੱਪਰ। ਮੈਂ ਕਿਹਾ ਚਲੋ ਖੁੱਲ੍ਹੇ ਛੱਡ ਕੇ ਆਇਆ ਸੀਗਾ ਮੈਂ ਥੱਲੇ, ਮੈਂ ਕਿਹਾ ਚਲੋ ਪਹਿਲਾਂ ਤੁਹਾਨੂੰ ਆਹ ਦਿਖਾਉਂਦੇ ਹਾਂ ਬਜੀਸ, ਫਿਰ ਉੱਪਰ ਚੱਲਦੇ ਹਾਂ। ਇੱਥੇ ਵਿਚਾਰੇ ਮਿੱਟੀ ਖਾਂਦੇ ਸੀਗੇ ਹੁਣੇ ਉੜੇ। ਅਤੇ ਸੱਚ ਇੱਕ ਜਿਹੜੀ ਆਪਣੀ ਨਿਊਜ਼ ਆ, ਬੈਡ ਨਿਊਜ਼ ਜਿਹੜੀ ਆ, ਉਹ ਆਇਆ ਕਿ ਆਪਣਾ ਜਿਹੜਾ ਇੱਕ ਚਿੱਟਾ ਬੱਚਾ ਸੀਗਾ, ਜਿਹੜਾ ਉਹ ਬੱਚਿਆਂ ਦੇ ਨਾਲ ਲਿਆਂਦਾ ਸੀਗਾ ਇੱਕ, ਉਹ ਬੱਚਾ ਅਤੇ ਦੂਸਰਾ ਕਿੱਥੇ ਆ ਕਾਲਸਰਾ, ਅਤੇ ਇੱਕ ਜਿਹੜਾ ਆਇਆ ਇਹਦੇ ਨਾਲ ਇੱਕ ਹੋਰ ਸੀਗਾ ਵਾਈਟ ਵਾਲਾ, ਉਹ ਕੱਲ੍ਹ ਆਪਾਂ ਅੜਾਏ ਸੀਗੇ ਅਤੇ ਬੈਰੀ ਚੱਕ ਕੇ ਲੈ ਗਈ, ਅਤੇ ਉਹਨੂੰ ਪਹਿਲਾਂ ਫੜਨ ਲੱਗੀ ਸੀ, ਉਹ ਕਬੂਤਰ ਨੂੰ ਫੜਨ ਲੱਗੀ, ਉਹ ਵੀ ਅੜਾਇਆ ਸੀਗਾ, ਉਹ ਹੱਥੋਂ ਛੁੱਟ ਗਿਆ, ਅਤੇ ਉਸ ਤੋਂ ਬਾਅਦ ਬੈਰੀ ਨੇ ਦੂਸਰੇ ਬੱਚੇ ਨੂੰ ਫੜ ਲਿਆ, ਅਤੇ ਉਹ ਵਿਚਾਰਾ ਲੈ ਗਈ ਚੱਕ ਕੇ ਉਹਨੂੰ, ਅਤੇ ਉਹ ਵਿਚਾਰਾ ਕੁਛ ਨਹੀਂ ਕਰ ਪਾਇਆ। ਸੋ ਇਸ ਗੱਲ ਦਾ ਸਾਨੂੰ ਬਹੁਤ ਦੁੱਖ ਹੋਇਆ, ਕੱਲ੍ਹ ਕੱਲ੍ਹ ਦੁਪਹਿਰ ਦੇ ਟਾਈਮ ਇਹ ਹੋਇਆ ਸੀਗਾ। ਹੁਣ ਬੱਚੇ ਆ ਜਿਹੜੇ ਉਹ ਅੰਦਰ ਕਬੂਤਰਾਂ ਦੇ, ਉਹ ਵੀ ਮੈਂ ਤੁਹਾਨੂੰ ਦਿਖਾਉਂਦਾ ਬਈ, ਤੁਸੀਂ ਦੇਖ ਸਕਦੇ ਹੋ ਵਧੀਆ ਪ੍ਰੋਗਰੈਸ ਹੋ ਰਹੀ ਹੈ ਇਹਨਾਂ ਦੀ। ਇੱਕ ਆਇਆ, ਇਹ ਪਤਾ ਨਹੀਂ ਵਾਈਟ ਕਲਰ 'ਚ ਨਿਕਲੂਗਾ ਮੈਨੂੰ ਲੱਗਦਾ, ਹਜੇ ਤਾਂ ਵਾਈਟ ਜਿਹਾ ਹੀ ਲੱਗ ਰਿਹਾ, ਦੇਖੋ ਹੁਣ ਕਿੱਦਾਂ ਨਿਕਲਦਾ। ਅਤੇ ਦੂਸਰਾ ਬਲੈਕ ਜਿਹਾ ਨਿਕਲੂਗਾ, ਬਲੈਕ ਵਾਈਟ, ਇਹ ਵੀ ਦੇਖ ਸਕਦੇ ਹੋ ਤੁਸੀਂ, ਵਾਈਟ ਬਲੈਕ। ਇਹਨਾਂ ਨੂੰ ਰੱਖ ਦਿੰਦੇ ਅੰਦਰ, ਕਬੂਤਰ ਆ ਫੀਡਿੰਗ ਕਰਾ ਦੂਗੇ। ਅਤੇ ਬਾਕੀ ਇਹਨਾਂ ਨੂੰ ਵੀ ਦਾਣੇ ਦੂਣੇ ਪਾਉਂਦੇ, ਮੈਂ ਦਾਣੇ ਹਜੇ ਪਾਏ ਨਹੀਂ। ਅਤੇ ਆਹ ਪਾਣੀ ਵੀ ਹੁਣੇ ਭਰਿਆ ਸੀ ਤਾਜ਼ਾ ਲਿਆ ਕੇ ਸਵੇਰੇ, ਅਤੇ ਪਾਣੀ ਵੀ ਦਿੱਤਾ, ਦਾਣੇ ਵੀ ਪਾਤੇ ਆ। ਸੋ ਉਸ ਤੋਂ ਬਾਅਦ ਇਹ ਖਾ ਪੀ ਕੇ ਬੱਚਿਆਂ ਨੂੰ ਫੀਡਿੰਗ ਕਰਾ ਦੂਗੇ, ਅਤੇ ਉਹਨਾਂ ਨੂੰ ਬਾਅਦ 'ਚ ਅੰਦਰ ਕਰਦੇ ਆ ਸਾਰਿਆਂ ਨੂੰ। ਅਤੇ ਕਬੀਰ ਦਾ ਪਿਛਲੀ ਵੀਡੀਓ 'ਤੇ ਕਮੈਂਟ ਆਇਆ ਪਾਕਿਸਤਾਨ ਤੋਂ ਕਿ ਲਵ ਫਰੋਮ ਪਾਕਿਸਤਾਨ, ਲਵ ਯੂ ਬ੍ਰੋ, ਲੱਕਾਂ ਕਾ ਪੇਅਰ ਕੰਪਲੀਟ ਕਰੋ। ਸੋ ਪਹਿਲਾਂ ਤਾਂ ਧੰਨਵਾਦ ਕਮੈਂਟ ਕਰਨ ਲਈ, ਅਤੇ ਸਾਨੂੰ ਦੂਸਰੀ ਇਹ ਗੱਲ ਦੀ ਖੁਸ਼ੀ ਹੋਈ ਕਿ ਪਾਕਿਸਤਾਨ 'ਚ ਵੀ ਸਾਡੀ ਵੀਡੀਓ ਦੇਖੀ ਜਾਂਦੀ ਹੈ ਅਤੇ ਪਸੰਦ ਵੀ ਕਰ ਰਹੇ ਨੇ। ਸੋ ਇਸ ਕਰਕੇ ਬਹੁਤ ਬਹੁਤ ਧੰਨਵਾਦ, ਅਤੇ ਲਵ ਯੂ ਟੂ ਬ੍ਰੋ। ਅਤੇ ਬਾਕੀ ਰਹਿ ਗਈ ਗੱਲ ਲੱਕੇ ਦੀ, ਅਤੇ ਉਹਦਾ ਪੇਅਰ ਆਪਾਂ ਲੱਭ ਰਹੇ ਸੀ, ਸਾਨੂੰ ਵਧੀਆ ਮਿਲਦੇ ਨਹੀਂ ਪਏ। ਸੋ ਇਸ ਕਰਕੇ ਆਪਾਂ ਰੁਕੇ ਹਾਂ ਥੋੜ੍ਹਾ ਚਿਰ, ਜਿੱਦਣ ਸਾਨੂੰ ਵਧੀਆ ਕਬੂਤਰੀ ਮਿਲ ਗਈ ਉੱਦਣ ਲੈ ਆਉਣੀ ਆਪਾਂ। ਇਹ ਤਾਂ ਇਹਨਾਂ ਨੇ ਬਹੁਤ ਛੱਡ ਹੀ ਦਿੱਤੇ ਆ, ਥੋੜ੍ਹੇ ਖਾਧੇ ਆ, ਅਤੇ ਹੋੜਤੇ ਆ ਸਾਰੇ, ਜਿੰਨੇ ਕੁ ਖਾਣੇ ਸੀ ਖਾ ਲਏ ਆ। ਅਤੇ ਇਹਨਾਂ ਨੇ ਵੀ ਸ਼ੁਰੂ ਕਰਤਾ ਹੈ ਨੈਸਟਿੰਗ ਦਾ, ਅਤੇ ਇਹ ਵੀ ਛੇਤੀ ਅੰਡੇ ਦਊਗੀ ਕਬੂਤਰੀ। ਅਤੇ ਬਾਕੀ ਤੁਸੀਂ ਦੇਖ ਸਕਦੇ ਹੋ, ਸੋ ਇਹ ਸੀ ਸਾਡੀ ਅੱਜ ਦੀ ਵੀਡੀਓ। ਆਈ ਹੋਪ ਕਿ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਸੋ ਮਿਲਦੇ ਹਾਂ ਨੈਕਸਟ ਵੀਡੀਓ।